वेलकम अज फिर अज ना इन्ने दिनों बाद ना असीं शॉपिंग करन चले हैं दोवें जने एक तो शॉपिंग करनी आ एक अपना भाजी बीमार उन्हों देखना आ जनाब हुणी नाल चले आ ते गड्डी दी जिहड़ी आ असैसरी विच रखवाउणी आ उह वी रखवा लांगे आ जाओ जनाब जी कित्थे रह गए टाइम है नहीं अपने कोल नेरा होई जांदा वा हां जी नेरा होई जांदा चलो चलो जिहड़ी नवीं गड्डी लैणी आ उहदे बारे वी सोच विचार करनी कितें बह के सलाह करनी आ ਅਤੇ 13 ਦੀ ਐਵਰੇਜ ਦੇਣ ਲੱਗ ਪਈ ਆਪਣੀ ਗੱਡੀ 220 ਕਿਲੋਮੀਟਰ ਚਲਾਤੀ ਆਪਾਂ ਇੱਕ ਜਾਂ ਦੋ ਦਿਨਾਂ ਦੇ ਵਿੱਚ ਵਿੱਚ ਇਹਨੂੰ ਲੌਂਗ ਰੂਟ 'ਤੇ ਖਿੱਚਣਾ ਹੁਣ ਇਹ ਸ਼ਾਇਦ ਐਵਰੇਜ ਵੱਧ ਜਾਵੇ ਇਹਦੀ ਵਧੂ ਕੀ ਐਵਰੇਜ ਕਮੈਂਟ ਵੀ ਆਏ ਸੀ ਕਹਿੰਦੇ ਸੀਗੇ ਤਾਂ ਕਾਫੀ ਆਏ ਵੀ 17 ਕੁ ਦੀ ਐਵਰੇਜ ਦਿੰਦੀ ਆ ਆਟੋਮੈਟਿਕ ਸਿਟੀ 'ਚ ਸਿਟੀ 'ਚ ਹਾਂ ਅਤੇ 20 ਦੀ ਦਿੰਦੀ ਆ ਹਾਈਵੇ ਹਾਈਵੇ ਦੇ ਦਿੰਦੀ ਆ ਹਾਂ ਚਲੋ ਰੱਖ ਕੇ ਮੈਟ ਹੁਣ ਵੇਖਦੇ ਹਾਂ ਫਿਟਿੰਗ ਫੁਟਿੰਗ ਦਾ ਕੀ ਹਿਸਾਬ ਕਿਤਾਬ ਨਵੋ ਜਨਾਬ ਤੁਹਾਡੀ ਗੱਡੀ 'ਚ ਮੈਟ ਰਖਾਤੇ ਜੀ ਸੇਮ ਇੱਦਾਂ ਦੇ ਸੇਮ ਕਰੇਟਾ 'ਚ ਰਖਾਏ ਸੀਗੇ ਉਹੀ ਸੇਮ ਮੇਰੇ ਨਾਲ ਦੇ ਹੀ ਆ ਇਹ ਆਹ ਰਖਾਉਂਦਾ ਹੁੰਦਾ ਮੈਂ ਪਿੱਛੇ ਨਾ ਇੱਕੋ ਹੀ ਸਾਈਜ਼ ਇੱਕੋ ਹੀ ਦੋਵੇਂ ਨਹੀਂ ਤਾਂ ਅਲੱਗ ਅਲੱਗ ਹੁੰਦੇ ਆ ਓਕੇ ਬਾਈ 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 ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਸਰ ਥੈਂਕ ਯੂ ਅਤੇ ਕੱਲ੍ਹ ਨੂੰ ਜਾਣਾ ਆ ਆਪਾਂ ਅੰਮ੍ਰਿਤਸਰ ਨੂੰ ਅਤੇ ਬੰਦੇ ਵਿੱਚ ਬੈਠੇ ਨੇ ਜ਼ਿਆਦੇ ਅਤੇ ਹੁਣ ਕੋਈ ਟੈਨਸ਼ਨ ਨਹੀਂ ਆਪਾਂ ਨੂੰ ਸੀਟ ਕਵਰ ਵੀ ਪਾਉਣੇ ਆ ਸੀਟ ਕਵਰ ਹਜੇ ਜਦੋਂ ਮਰਜ਼ੀ ਪਵਾ ਸਕਦੇ ਹਾਂ ਉਹਨਾਂ ਬਿਨਾਂ ਤਾਂ ਚੱਲ ਜੂਗਾ ਕੰਮ ਇਹਨਾਂ ਬਿਨਾਂ ਔਖਾ ਸੀਗਾ ਅਤੇ ਹੁਣ ਇੱਥੋਂ ਫੜਨਾ ਆਪਾਂ ਮਿਠਾਈ ਦਾ ਡੱਬਾ ਭਾਜੀ ਨੂੰ ਦੇਣਾ ਆ ਵਧਾਈਆਂ ਗੱਡੀ ਦੀਆਂ ਕਿਉਂਕਿ ਡੱਬੇ ਆਪਣੇ ਹੋ ਗਏ ਖਤਮ ਅਜੇ ਤਾਂ ਮੈਂ ਸਹੁਰਿਆਂ ਨੂੰ ਵੀ ਨਹੀਂ ਦਿੱਤਾ ਸਹੁਰਿਆਂ ਨੂੰ ਵੀ ਨਹੀਂ ਦਿੱਤਾ ਡੱਬਾ ਮਿਠਾਈ ਦਾ ਗੱਡੀ ਦਾ ਉਹ ਵੀ ਡੀਕਦੇ ਹੋਣੇ ਚੰਗੇ ਬੰਦੇ ਗੱਡੀ ਲੈ ਕੇ ਆਏ ਡੱਬਾ ਦੇਣ ਨਹੀਂ ਆਏ ਹੈ ਰੇਟ ਬਹੁਤ ਹਾਈ ਆ ਵੇਖਦੇ ਆ ਕੁਆਲਿਟੀ ਕਿੱਦਾਂ ਦੀ ਲੈਣ ਆਏ ਸੀਗੇ ਲੱਡੂਆਂ ਦਾ ਡੱਬਾ ਆਪ ਹੀ ਪੇਟ ਪੂਜਾ ਕਰਨ ਵਾਸਤੇ ਇਹ ਚੀਜ਼ਾਂ ਬੜੇ ਚਿਰ ਬਾਅਦ ਦੇਖੀਆਂ ਆ ਬਾਹਰੋਂ ਖਾਈਦੀਆਂ ਨਹੀਂ ਨਾ ਇੱਥੇ ਵਧੀਆ ਲੱਗਣ ਦਿਆ ਤਾਂ ਕਰਕੇ ਮੈਂ ਕਿਹਾ ਟੈਸਟ ਕਰਕੇ ਦੇਖਦੇ ਹਾਂ ਫਿਰ ਇੱਥੋਂ ਖਾ ਲਿਆ ਕਰਾਂਗੇ ਹੈ ਨਾ ਫਰੈਸ਼ ਫਰੈਸ਼ ਜਿਹਾ ਲੱਗਦਾ ਸਾਰਾ ਕੁਛ ਮੂੰਹ 'ਚ ਆ ਗਿਆ ਪਾਣੀ ਦੇਖ ਕੇ ਨਾਲ ਹੀ ਸਿਟਿੰਗ ਪਲੈਨ ਇਹਨਾਂ ਦਾ ਵਧੀਆ ਲੱਗਾ ਹੋਇਆ ਪਰ ਲੱਡੂ ਖਾ ਕੇ ਦੇਖੇ ਮੈਂ ਉਹ ਨਾ ਉਹਦੇ ਆ ਦੇਸੀ ਘਿਓ ਦੇ ਬੜੇ ਸਵਾਦ ਨੇ ਤਾਂ ਕਰਕੇ ਇੱਕ ਡੱਬਾ ਘਰ ਲਈ ਵੀ ਲੈ ਲਿਆ ਚੀਰਾ ਪਲਾ ਹੋ ਗਿਆ ਭਰ ਕੇ ਦਿੱਤਾ ਨਾ ਦਹੀਂ ਨਾਲ ਵਾਹ 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 ਬੀਕਾਨੇਰ ਵਾਲਿਆਂ ਦਾ ਸਪੈਸ਼ਲ ਕੀ ਕਹਿੰਦੇ ਇਹਨੂੰ ਪਲਾ ਪਾਪੜੀ ਚਾਟ ਵਾਲੇ ਸਵਾਦ ਆ ਇਹ ਕੀ ਸੀਗਾ ਕਚੋਰੀ ਮੈਂ ਖਾ ਸਕਦਾ ਮੜੀ ਕਬਜ਼ੇ ਦੇ ਮੜੀ ਖਾਧੀ ਨਹੀਂ ਪਹਿਲਾਂ ਕਦੀ ਸਵਾ ਵਾ ਰੇਟ ਤਾਂ ਹੀ ਆਈ ਆ ਚੀਜ਼ਾਂ ਵੀ ਸਵਾ ਦਿਆ ਦੇਖਣਾ ਖਾ ਕੇ ਸਵਾਦ ਬਹੁਤ ਉਹ ਇੰਨੇ ਚਮਚੇ ਰੱਖੇ ਮੇਰਾ ਹੀ ਚਮਚਾ ਫੜਨਾ ਸੀ ਤਾਂ ਮੈਂ ਅਗਲਿਆਂ ਨੇ 5 ਚਮਚੇ ਇਕੱਠੇ ਦਿੱਤੇ ਆਪਾਂ ਤਾਂ ਕਿ ਮੇਰੇ ਇਕੱਲੇ ਵੀ ਆ ਇੱਕ ਬੇਲ ਪੂੜੀ ਵੀ ਬਣਾ ਦਿਉ ਅੱਜ ਸਾਰੀ ਟੈਸਟ ਕਰਕੇ ਜਾਏਂਗੇ ਤੁਹਾਡਾ ਅੱਜ ਜੋ ਜੋ ਵਧੀਆ ਹੈ ਫਿਰ ਆਇਆ ਕਰੇਂਗੇ ਠੀਕ ਆ ਜਨਾਬ ਜੀ ਵਾਹ ਵੀ ਕੜਕਦੀ ਕੜਕਦੀ ਬੇਲ ਪੂੜੀ ਅੱਜ ਪਹਿਲੀ ਵਾਰੀ ਖਾਣ ਲੱਗੇ ਇੱਥੋਂ ਇਹ ਤਾਂ ਆਪਾਂ ਉੱਥੋਂ ਖਾਈ ਦੀ ਆ ਸੜਕ ਤੋਂ ਜਿਹੜਾ ਸੜਕ ਕੱਢੇ ਖੜਾ ਹੁੰਦਾ ਵਧੀਆ ਦੇਖਣ ਨੂੰ ਤਾਂ ਵਧੀਆ ਲੱਗਣ ਦੀ ਰੱਖ ਕੇ ਹੀ ਆ ਆ ਵੀ ਪਾਸ ਆ ਹੈ ਨਾ
ਜਨਾਬ ਜੀ ਲੱਡੂ ਲੱਡੂਆਂ ਦੇ ਡੱਬੇ ਵੀ ਇੱਦਾਂ ਦਿੰਦੇ ਜਿੱਦਾਂ ਨਾ ਕੱਪੜੇ ਲੈ ਕੇ ਆਏ ਹੁੰਦੇ ਬੀਕਾਨੇਰ ਵਾਲੇ ਢਿੱਡ ਭਰ ਗਿਆ ਉੱਦਾਂ ਹਨਾ ਮੈਂ ਖਾ ਕੇ ਹਾਂਜੀ ਭਾਈ ਨੂੰ ਹੁਣ ਡੱਬਾ ਦਈਏ ਨਾਲੇ ਭਾਈ ਦਾ ਹਾਲ ਚਾਲ ਦੇਖੀਏ ਕਿੰਨੇ ਦਿਨ ਹੋ ਗਏ ਮਿਲਿਆ ਨਹੀਂ ਆ ਭਾਜੀ ਦੀ ਸਿਹਤ ਨਹੀਂ ਸਹੀ ਬੁਖਾਰ ਬੁਖੂਰ ਬਹੁਤ ਚੜ੍ਹਦਾ ਉਹਨਾਂ ਨੂੰ ਆਪਣੇ ਸਟਾਈਲ ਵਾਲੇ ਭਾਜੀ ਬੀਕਾਨੇਰ ਮੇਰੇ ਖਿਆਲ ਨਾਲ ਪੂਰੇ ਇੰਡੀਆ 'ਚ ਹੀ ਆ ਕਿ ਪੰਜਾਬ 'ਚ ਆ ਇੰਡੀਆ 'ਚ ਹੀ ਆ ਬੀਕਾਨੇਰ ਚੀਜ਼ਾਂ ਤਾਂ ਵਧੀਆ ਸੀ ਉੱਦਾਂ ਹਨਾ ਸਾਰੀਆਂ ਹੀ ਭਾਜੀ ਸਤਿ ਸ਼੍ਰੀ ਅਕਾਲ ਜੀ ਭਾਜੀ ਦੀ ਸਿਹਤ ਨਹੀਂ ਸੀ ਸਹੀ ਗੱਪ ਸ਼ੱਪ ਮਾਰਨ ਦੇ ਸੀ ਤੇ ਭਾਜੀ ਨੂੰ ਦੇ ਦਿੱਤੀਆਂ ਵਧਾਈਆਂ ਆਪਾਂ ਤੇ ਬਾਕੀ ਗਾਂ ਵਾਲੀ ਜਿਹੜੀ ਗੱਡੀ ਆ ਉਹਦੇ ਬਾਰੇ ਬਾਤਚੀਤ ਕਰਨ ਦਿਆਂ ਸੀ ਮੈਂ ਭਾਜੀ ਨਾਲ ਸਲਾਹ ਕਰਨ ਦੇ ਸੀ ਇੱਕ ਭਾਜੀ ਕੋਲ ਮੈਂ ਮੰਗਾਇਆ ਸੀ ਸ਼ੂ ਭਾਜੀ ਪਾ ਦੇਈਏ ਪਟਾਕਾ ਕਿ ਅਗਲੀ ਵੀਡੀਓ 'ਚ ਦਿਖਾਈਏ ਦਿਖਾ ਦਈਏ ਲਿਆਓ ਭਾਜੀ ਫਿਰ ਇੱਥੇ ਲੈ ਉਹ ਜੀ ਸਾਈਡ ਤੇ ਭਾਜੀ ਆ ਦੇਖੋ ਹੱਥ ਦੇਖ ਚੱਕੋ ਪੜਾ ਪੜਾ ਹੋ ਗਿਆ ਬੜੇ ਭਾਰੀ ਇੱਥੇ ਖੋਲ ਦਈਏ ਹਾਂ ਇੱਥੇ ਖੋਲ ਲਓ ਲਓ ਭਾਜੀ ਬਹੁਤ ਦੇਰ ਦੇ ਭਾਜੀ ਕਹਿੰਦੇ ਪਏ ਸੀ ਹਾਂ ਮੰਗਾ ਕੇ ਦਿਓ ਬੈਲਮੈਨ ਆ ਦੇਖੋ ਭਾਜੀ ਵਾਹ ਮਾਲ ਬੈਗ ਅੱਛਾ ਇਹ ਚ ਪਾ ਕੇ ਰੱਖ ਸਕਦੇ ਆਪਾਂ ਹਾਂ ਹਾਂ ਇਹ ਮੈਂ ਆ ਦੇਖੋ ਕਿਆ ਵਾਹ ਭਾਈ ਕੱਢੋ ਕੱਢੋ ਇੱਕ ਮਿੰਟ ਰੁਕੋ ਪਹਿਲੇ ਆਪਣੇ ਚਿਹਰੇ ਦੀ ਖੁਸ਼ੀ ਦੱਸੋ ਯਾਰ ਮੈਂ ਦੱਸ ਨਹੀਂ ਸਕਦਾ ਜਦੋਂ ਹੁਣ ਕਿੰਨੇ ਚਿਰ ਦੀ ਵੇਟ ਸੀਗੀ ਮੇਰੀ ਪਤਾ ਨਹੀਂ ਕਿਤੇ ਇੱਕ ਮਹੀਨਾ ਹੀ ਹੋ ਗਿਆ ਭਾਜੀ ਹਨਾ ਮਹੀਨਾ ਹੋ ਗਿਆ ਮਹੀਨਾ ਪਹਿਲਾਂ ਦਾ ਮੈਂ ਕਿਹਾ ਭਾਈ ਨੂੰ ਭਾਜੀ ਮੰਗਾ ਕੇ ਦਿਓ ਮੰਗਾ ਕੇ ਦਿਓ ਐਂਡ 'ਚ ਫਿਰ ਹੁਣ ਭਾਜੀ ਤੁਸੀਂ ਖੋਲੋ ਨਿਸ਼ੂਜ਼ ਲਓ ਕਰੋ ਭਾਜੀ ਐਂ ਦਰਸ਼ਨ ਕਰਾਈਏ ਬੜਾ ਕੰਮ ਖਤਮ ਹੋਇਆ ਭਾਜੀ ਥੱਲੇ ਆ ਰਬੜ ਲੱਗੀ ਆ ਨਾ ਸਰ ਰਬੜ ਆ ਵੀਰੇ ਇਹ ਲੇਸਿਸ ਵੀ ਦੇਖੋ ਵੀਰੇ ਆ ਦੇ ਆ ਦੇਖੋ ਇਹ ਵੀ ਰਬੜ ਦੇ ਹੋਰ ਸਾਰੇ ਟੌਪ ਨੇ ਆ ਆ ਵੀ ਰਬੜ ਦੇ ਹੀ ਆ ਆ ਜੀ ਓਕੇ ਰਿਪੋਰਟ ਕਰਾਤੀ ਜੀ ਹੈ ਵੈਰੀ ਵੈਰੀ ਥੈਂਕ ਯੂ ਦਾਦਾ ਜਿਹਾ ਹੀ ਗੱਡੂ ਹੋ ਭਾਰੇ ਬਹੁਤ ਆ ਯਾਰ ਹੈ ਨਹੀਂ ਨਹੀਂ ਪਾਈ ਨਹੀਂ ਭਰ ਲੈਣੇ ਭਾਜੀ ਇੱਕ ਵਾਰੀ ਪਾਈਓ ਨਾ ਹੁਣ ਟਰਾਈ ਕਰਦੇ ਆ ਮੇਰਾ ਨੰਬਰ ਹੀ ਆ ਨਾ ਇਹ ਇਹ ਸਭ ਤੋਂ ਵੱਡਾ 11 ਨੰਬਰ ਹੈ 10 ਆਪਾਂ ਪਾਉਂਦੇ ਫਿਰ ਉਸ ਓਕੇ ਮੈਂ ਦੋਨੋਂ ਮੰਗਾ ਲਏ ਸੀ ਨਾ ਚੈੱਕ ਕਰੋ ਜੀ ਭਾਜੀ ਬੱਲੇ 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 ਹੋ ਗਿਆ ਇਹ ਤਾਂ ਭਾਜੀ ਸਾਰਿਆਂ ਨੇ ਬੂਟਾਂ ਲਈ ਦੇਖੀ ਜਾਣਾ ਯਾਰ ਹੈ ਇੱਕ ਛੋਟਾ ਹੈ ਨਾ ਤੁਹਾਨੂੰ ਛੋਟਾ ਪੈਦਾ ਹੈ ਨਾ ਹਾਂ ਇਹ ਤਾਂ ਸਮੇਂ ਬੜੇ ਵਧੀਆ ਹੈ ਜੀ ਬਹੁਤ ਸਪਰਿੰਗ ਵਾਲੇ ਹੈ ਬੰਦਾ ਅੱਧਾ ਫੁੱਟ ਤਾਂ ਚੜ੍ਹ ਗਈ ਜਣਾ ਆਹ ਹੁਣ ਮੇਰਾ ਪੈਰ ਇੰਨਾ ਹਵਾ ਚੱਲ ਤੁਰੋ ਕਿੱਦਾਂ ਅੱਧਾ ਫੁੱਟ ਚੱਲ ਗਿਆ ਮੈਂ ਤਾਂ ਤੁਰਦੇ ਦੇਣਾ ਲੱਗਦਾ ਇੱਕ ਪਾਸਾ ਇਹਦਾ ਸ਼ੋਕਰ ਲੱਗੇ ਦੇਣਾ ਪਿੱਛੇ ਬੈਕ ਤੇ ਥੋੜੇ ਜਿਹਾ ਹੋਇਆ ਹਾਂ ਹਜੇ ਦੂਜੇ ਕਲਰ ਦੇਖਦੇ ਆ ਫਿਰ ਜਿਹੜਾ ਵਧੀਆ ਕਲਰ ਲੱਗਾ ਸਾਰਾ ਕੁਛ ਹੀ ਨਾ ਰਬੜ 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 ਗੱਲਬਾਤ ਪੂਰੀ ਪੂਰੀ ਆ ਭਾਜੀ ਭਾਜੀ ਨੇ ਤਿੰਨ ਰੰਗ ਭਾਜੀ ਚਾਰ ਰੰਗ ਤਿੰਨ ਤਿੰਨੇ ਮੰਗਾ ਲਏ ਭਾਜੀ ਨੇ ਜਿਹੜਾ ਆਪਾਂ ਨੂੰ ਵਧੀਆ ਲੱਗਾ ਭਾਬੀ ਦਾ ਫੇਸ ਐਕਸਪ੍ਰੈਸ਼ਨ ਕੀ ਕੰਮ ਕੰਮ ਕੇ ਆਏ ਹਾਂਜੀ ਹੂੰ ਖਾ ਪੀਏ ਨਹੀਂ ਸ਼ੂ ਬਾਰੇ ਦੱਸੋ ਪਹਿਲੇ ਸ਼ੂ ਕਿਦਾਂ ਲੱਗਾ ਸ਼ੂ ਸੋਹਣਾ ਆ ਬਸ ਸੋਹਣਾ ਸੋਹਣਾ ਬਾਏ ਮਮਾ
ਕੋਨਟ ਵਾਟਰ ਲੈਣ ਗਏ ਦੋਨੋਂ ਕਹਿੰਦੇ ਮੈਨੂੰ ਘਰ ਜਾਣਾ ਲੈ ਵੀ ਇਹਨਾਂ ਨੇ ਹੂਟਾ ਦਵਾ ਲਿਆ ਕਿਧਰ ਕੋ ਜਾਏ ਇਧਰ ਕੋ ਲੈਫਟ ਕੋ ਰਾਈਟ ਲੈਫਟ ਨਹੀਂ ਰਾਈਟ ਰਾਈਟ ਲੈਫਟ ਹਾਂ ਰਾਈਟ 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 ਲੈਫਟ ਠੀਕ ਹੈ ਬ੍ਰਬ ਜੀ ਲੈਫਟ ਲੈਫਟ ਇੱਥੇ ਅੱਧਾ ਰਾਉਂਡ ਕਿਹਾ ਜਾਂਦਾ ਚਲੋ ਦੋ ਰਾਉਂਡ ਲੈਣੇ ਹੈ ਕੋ ਕਰ ਹੋ ਜਾ ਫਿਰ ਉੱਪਰ ਆ ਨਾਲ ਹੀ ਚੱਲ ਸਾਡੇ ਫਿਰ ਅੱਜ ਹੁਣ ਨਹੀਂ ਤੁਹਾਨੂੰ ਲੈ ਕੇ ਛੱਡਣਾ ਸੀ ਲੈਫਟ ਰਾਈਟ ਲੈਫਟ ਲੈਫਟ ਮੰਮੀ ਓਕੇ ਬਾਏ 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 ਰੇਂਜ ਰੋਵਰ ਬਾਏ ਬਾਏ ਕਿੰਗ ਆ ਜਨਾਬ ਜੀ ਅੱਗੇ ਓਕੇ ਬਾਏ 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 ਤਿਆਰੀ ਕਰਨੀ ਆ ਅਸੀਂ ਕੱਲ ਨੂੰ ਜਾਣਾ ਆ ਕਿਤੇ ਚਲੋ ਜੀ ਖੋਲੋ ਗੇਟ ਦੇਖ ਲਈਏ ਨਾ ਡਰਾਈਵਰ ਮੇਰੀ ਫਿਰ ਕਿੱਦਾਂ ਆਇਆ ਆਪਾਂ ਵਿੱਚੋਂ ਵਿੱਚੇ ਮਿੰਟੋ ਮਿੰਟ ਲਾ ਦਿੱਤੀ ਗੱਡੀ ਮੈਟ ਬਾਹਲੀ ਸ਼ਾਨਦਾਰ ਦਿਨੇ ਦਿਖਾਊਂਗਾ ਮੈਂ ਹੁਣ ਕੱਲ੍ਹ ਤੁਹਾਨੂੰ ਦੋ ਬੰਦਿਆਂ ਨਾਲ ਵੀ ਮਿਲਾਵਾਂਗੇ ਸਵੇਰ ਨੂੰ ਬਾਕੀ ਨਾਲ ਪਤਾ ਨਹੀਂ ਕਿੰਨੇ ਜਾਣੇ ਜਾਣੇ ਆਪਣੇ ਗੁੱਡ ਮੋਰਨਿੰਗ ਸਾਰਿਆਂ ਨੂੰ ਹੁਣ ਤੁਹਾਨੂੰ ਮੈਂ ਮੈਟ ਦਿਖਾਉਂਦਾ ਹਾਂ ਨਾਲ ਗੱਡੀ ਦੇ ਓਨਰ ਮੇਰੇ ਨਾਲ ਆ ਉਹ ਵੀ ਤੁਹਾਨੂੰ ਦੱਸੂਗੇ ਚਲੋ ਜਨਾਬ ਆ ਜਾਓ ਤੁਸੀਂ ਚਲੋ ਮੈਂ ਹੁਣ ਕਨੈਕਟਰ ਸਾਈਡ ਜਾਂਦਾ ਹਾਂ ਡਰਾਈਵਰ ਤੁਸੀਂ ਆ ਮੈਟ ਵਿਖਾਉਂਦੇ ਤੁਹਾਨੂੰ ਉਹ ਗੰਦੇ ਹੋ ਗਏ ਰਾਤੀ ਗੰਦੇ ਹੋ ਗਏ ਪਹਿਲਾਂ ਹੁੰਦਾ ਸੀਗਾ ਉਹ ਗੋਲ ਗੋਲ ਜਿਹੀਆਂ ਇੱਥੇ ਲੱਗੀਆਂ ਹੁੰਦੀਆਂ ਸੀਗੀਆਂ ਉਹ ਖਰਾਬ ਹੋ ਜਾਂਦੀਆਂ ਸੀ ਇਹਨਾਂ ਨੇ ਨਾ ਹੁਣ ਆਹ ਚੀਜ਼ ਦੇ ਦਿੱਤੀ ਆ ਇਹ ਵਧੀਆ ਆ ਉਹ ਜਿਹੜੇ ਗੋਲ ਜਿਹੇ ਨਹੀਂ ਸੀਗੇ ਜਦੋਂ ਗੱਡੀ ਧਵਾਈ ਦੀ ਸੀ ਉਹ ਕੱਢਦੇ ਸੀ ਉਹ ਟੁੱਟ ਜਾਂਦੇ ਸੀਗੇ ਆਹ ਸਿਸਟਮ ਦੇ ਦਿੱਤਾ ਹੁਣ ਅਤੇ ਪਿਛਲੀ ਵਾਰੀ ਨਾ ਮੈਂ ਪਿੱਛੇ ਥੱਲੇ ਨਾ ਕਰੇਟਾ ਦੇ ਇੱਥੇ ਉਹ ਦੂਜੀ ਕਰਵਾ ਦਿੱਤੀ ਸੀ ਇਹਦੀ ਨਹੀਂ ਕਰਵਾਈ ਫਿਰ ਇਹ ਜੁੜਦੇ ਨਹੀਂ ਇਹਦੇ ਨਾਲ ਹੁਣੇ ਜੁੜ ਜਾਂਦੇ ਜਿੱਥੇ ਫਿਕਸ ਹੋ ਗਏ ਉੱਥੇ ਹੀ ਜੰਮ ਜਾਂਦੇ ਨਾਲ ਹੀ ਤਾਂ ਇਹਨਾਂ ਨੇ ਨਾ ਇੱਥੇ ਪੋਕਿਟ ਜੀ ਵੀ ਦਿੱਤੀ ਆ ਹਾਂ ਇੱਕ ਪੋਕਿਟ ਦਿੱਤੀ ਆ ਉਸ ਆਹ ਦਿੱਤੀ ਪਿੱਛੇ ਮੈਂ ਰਾਤੀ ਤੁਹਾਨੂੰ ਦਿਖਾਉਣਾ ਸੀਗਾ ਆਹ ਜਿਹੜਾ ਕਹਿੰਦਾ ਮੈਂ ਹਰ ਨਾਲ ਹੀ ਸੇਮ ਅਟੈਚ ਮੈਂ ਲੈਂਦਾ ਹੁੰਦਾ ਇਹਦੇ ਵੀ ਪਿੱਛੇ ਵੀ ਇੱਦਾਂ ਹੀ ਆ ਸੇਮ ਹੀ ਉਹ ਇੱਕ ਰਹਿ ਗਏ ਸੀਟ ਕਵਰ ਅਤੇ ਇੱਕ ਡਿੱਗੀ ਦਾ ਰਹਿ ਗਿਆ ਸੀਟ ਕਵਰ ਤਾਂ ਪਾਉਣੇ ਪੈਣੇ ਕਿਉਂਕਿ ਗੰਦੇ ਬਹੁਤ ਹੋ ਗਏ ਆ ਤਾਂ ਹੀ ਨਹੀਂ ਆ ਲਾਏ ਅਜੇ ਤਾਈਂ ਇੱਥੇ ਇੱਥੇ ਵੀ ਹੱਥ ਲੱਗ ਗਏ ਨਿਆਣਿਆਂ ਨੇ ਹੱਥ ਲਾ ਗੰਦਾ ਹੋ ਗਿਆ ਇਹ ਵੀ ਸਾਫ ਕਰ ਹੀ ਲਈ ਜਾਂਦੀ ਅਤੇ ਜੰਮ ਜਾਣਾ ਪੱਕਾ ਇੱਥੇ ਪਤਾ ਕੀ ਉੱਪਰਲੀ ਸਾਈਡ ਗੰਦਾ ਸੀ ਉਹਨਾਂ ਨੇ ਜਦੋਂ ਹੱਥ ਲਾਏ ਨਾ ਇੱਥੇ ਉੱਪਰਲੀ ਸਾਈਡ ਉਹ ਉਹਨਾਂ ਨੇ ਹੱਥ ਲਾ ਗਏ ਇੱਥੇ ਤਾਂ ਗੰਦਾ ਹੋ ਗਿਆ ਇੱਕ ਇਹਦੀ ਕੋਡਿੰਗ ਵੀ ਹੁੰਦੀ ਆ ਉੱਪਰ ਇਹਦੇ ਕੋਟਿੰਗ ਜੀ ਕਰ ਦਿੰਦੇ ਆ ਦੇਖੂੰਗਾ ਮੈਂ ਜੇ ਦਿਲ ਕੀਤਾ ਕਰਾ ਲੂੰਗਾ ਜਾਂ ਫਿਰ ਓਨਰ ਕਹੂਗੇ ਕਰਵਾਉਣੀ ਆ ਫੇਰ ਕਰਵਾ ਲਾ ਮੈਂ ਤੇ ਤੁਹਾਨੂੰ ਕਹਿਣ ਦੀ ਵੀ ਉਹ ਕਲਰ ਬਲੈਕ ਖਰਾਬ ਨਹੀਂ ਹੋ ਸਕ੍ਰੈਚ ਨਾ ਹੋ ਇਹਦਾ ਇਹ ਆ ਹੁਣ ਅੱਜ ਇਦਾਂ ਲੱਗਦਾ ਨਾ ਜਿੱਦਾਂ ਸਕ੍ਰੈਚ ਪੈ ਗਿਆ ਪਰ ਹੁੰਦੇ ਨਹੀਂ ਆ ਕੁੱਖ ਵੀ ਨਹੀਂ ਆ ਇਦਾਂ ਲੱਗਦਾ ਨਾ ਜਿੱਦਾਂ ਕਾਲੇ ਰੰਗ ਦਾ ਸਕ੍ਰੈਚ ਪੈ ਗਿਆ ਇਹ ਕੁਛ ਰਿਹਾ ਕਰਨਾ ਤਾਂ ਹੀ ਉਹ ਮੇਰਾ ਇਰਾਦਾ ਕਰਾਉਣ ਦਾ ਉਹਨਾਂ ਕਰਾਈ ਦਾ ਵੈਸੇ ਫਾਇਦਾ ਫੂਦਾ ਐਵੇਂ ਉਹ ਇੱਕ ਨਾ ਬਸ ਹੁੰਦਾ ਆ ਐਵੇਂ ਲੋਕੀ ਨਵੀਂ ਗੱਡੀ 'ਤੇ ਕਰਾ ਲੈਂਦੇ ਇੰਨਾ ਮੇਰੇ ਹਿਸਾਬ ਨਾਲ ਇੰਨਾ ਫਰਕ ਪੈਂਦਾ ਨਹੀਂ ਬਾਕੀ ਮੈਂ ਨੈੱਟ 'ਤੇ ਚੈੱਕ ਕਰ ਲਊਂਗਾ ਕਮੈਂਟ ਕਰਕੇ ਦੱਸ ਦਿਓ ਜੇ ਕਿਸੇ ਨੇ ਕਰਾਈ ਆ ਬਲੈਕ 'ਤੇ ਤੇ ਹਾਂ ਕਿੰਨਾ ਕੁ ਫਰਕ ਪੈਂਦਾ ਆ ਪਹਿਲੀ ਵਾਰੀ ਅਸੀਂ ਗੱਡੀ ਬਲੈਕ ਲਈ ਆ ਤਾਂ ਕਰਕੇ ਅਤੇ ਬਾਕੀ ਕੱਲ੍ਹ ਨੂੰ ਚੱਲੇ ਹਾਂ ਅਸੀਂ ਅੰਮ੍ਰਿਤਸਰ ਨੂੰ ਤੁਹਾਨੂੰ ਪਤਾ ਅੰਮ੍ਰਿਤਸਰ ਮੈਂ ਕੀ ਕਰਨ ਜਾਣਾ ਆ ਅਤੇ ਹੁਣ ਕੱਲ੍ਹ ਨੂੰ ਮਿਲਾਂਗੇ ਤੁਹਾਨੂੰ ਹੁਣ ਮੈਂ ਲੱਗਾ ਰੈਡੀ ਹੋਣ ਮਤਲਬ ਤੁਹਾਨੂੰ ਜਿਹੜੀ ਵੀਡੀਓ ਆਉਣੀ ਕੱਲ੍ਹ ਨੂੰ ਮੈਂ ਚੱਲਾਂ ਆ ਹੁਣ ਓਕੇ ਫਿਰ ਬਾਏ ਬਾਏ ਕੱਲ੍ਹ ਨੂੰ ਮਿਲਦੇ ਹਾਂ ਹੁਣ ਆਪਾਂ ਕਿਉਂ ਅੰਮ੍ਰਿਤ ਸਾਹਿਬ ਹਾਂਜੀ ਜੀ ਓਕੇ ਜੀ ਬਾਏ ਬਾਏ ਮੈਂ ਵੀ ਹੋ ਛੇਤੀ ਇੱਕ ਗੱਡੀ ਦਾ ਓਨਰ ਬਣਨ ਵਾਲਾ ਹੀ ਹਾਂ